ਜਿਹੜੇ ਬਾਗੀ ਧੜੇ ਵਾਲ ਦੇਖੇ ਜਾਂਦੇ ਨੇ ਹੁਣ ਜਿਨ੍ਹਾਂ ਨੂੰ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਕਰਨ ਦੀ ਗੱਲ ਕੀਤੀ ਹੈ ਬ੍ਰਦਰ ਸਾਹਿਬ ਤੁਸੀਂ ਪਾਰਟੀ ਤੋਂ ਬਾਹਰ ਗਏ ਹੋਰ ਆਗੂ ਬਾਗੀ ਹੋ ਗਏ ਹਾਲਾਂਕਿ ਪਹਿਲਾਂ ਵੀ ਬੜੇ ਹੋਏ ਪਰ ਇਹ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੇ ਘਟਨਾਕ੍ਰਮ ਦੇ ਦਰਮਿਆਨ ਇੱਕ ਹੋਰ ਘਟਨਾ ਵਕਟਰ ਸੁਖੀ ਵੀ ਗਏ ਦੇਖੋ ਬੜੀ ਮੰਦ ਭਾਗਾ ਦਿਨ ਹੈ ਸ਼ਰਮਣੀ ਅਕਾਲੀ ਦਲ ਦੀ ਮੈਂ ਕਹਾਂ ਕਿ ਦਿਨ ਬਾ ਦਿਨ ਜਿਹੜੇ ਸਾਰੇ ਪਾਰਟੀ ਦੇ ਵਿੱਚ ਉਹ ਚੰਗੇ ਲੀਡਰ ਜਾਂ ਚੰਗੇ ਲੋਕ ਆ ਉਹ ਨਿਕਲਦੇ ਜਾ ਰਹੇ ਆ ਔਰ ਖਾਸ ਕਰਕੇ ਡਾਕਟਰ ਸੁਖੀ ਜੀ ਦੀ ਮੈਂ ਗੱਲ ਕਰਾਂ ਤਾਂ ਤਿੰਨ ਵਿਧਾਇਕਾਂ ਚੋਂ ਇੱਕ ਵਿਧਾਇਕ ਸਨ ਪਾਰਟੀ ਦੇ ਡਿਪਟੀ ਲੀਡਰ ਸਨ ਔਰ ਪਾਰਟੀ ਦੇ ਚੀਫ ਵਿਪ ਸਨ ਔਰ ਮੈਂ ਕਹਾਂ ਕਿ ਪਿਛਲੇ ਦਿਨਾਂ ਚ ਜਦੋਂ ਸਾਨੂੰ ਸਾਰਿਆਂ ਨੂੰ ਬਾਹਰ ਕਰਕੇ ਪਾਰਟੀ ਪ੍ਰਧਾਨ ਨੇ ਫੈਸਲਾ ਲਿਆ ਤਾਂ ਉਹਦੇ ਚ ਕੋਰ ਕਮੇਟੀ ਦੇ ਮੈਂਬਰ ਵੀ ਸਨ ਇਹ ਨਵੀਂ ਬਣਾਈ ਚ ਵੀ ਸਨ ਪਹਿਲਾਂ ਵੀ ਸਨ ਔਰ ਜਿਹੜਾ ਹੁਣ ਪਾਰਲੀਮੈਂਟ ਦੀ ਬੋਰਡ ਬਣਾਇਆ ਸੀ ਮੇਰੇ ਖਿਆਲ ਇਹ ਉਹਦੇ ਵੀ ਮੈਂਬਰ ਸਨ ਮਤਲਬ ਐਡਾ ਅਹਿਮ ਇਨਸਾਨ ਦਾ ਅੱਜ ਪਾਰਟੀ ਚੋਂ ਚਲੇ ਜਾਣਾ ਇਹ ਪਾਰਟੀ ਲਈ ਬਹੁਤ ਮੈਂ ਤਾਂ ਕਹੂੰਗਾ ਕਿ ਔਖਾ ਸਮਾਂ ਹੀ ਹੈ ਕਿ ਸਾਰੇ ਜਿਹੜੇ ਲੋਕ ਜਾ ਰਹੇ ਆ ਔਰ ਮੈਂ ਤਾਂ ਅਪੀਲ ਬੇਨਤੀ ਤੁਹਾਡੇ ਰਹੀਂ ਕਰੂੰਗਾ ਕਿ ਸ਼ਰੂਮਣੀ ਇਕਾਲੀ ਦਲ ਸੁਧਾਰ ਲੈਰ ਸ਼ੁਰੂ ਕੀਤੀ ਹੈ ਕਿਰਪਾ ਕਰਕੇ ਆਪਾਂ ਉਹਦੇ ਨਾਲ ਜੁੜਨਾ ਚਾਹੀਦਾ ਪਾਰਟੀ ਨੂੰ ਬਚਾਉਣਾ ਚਾਹੀਦਾ ਔਰ ਮੈਨੂੰ ਫਿਕਰਮੰਦੀ ਅੱਜ ਇੱਕ ਹੋਰ ਜਦੋਂ ਮੈਂ ਕਿਤੇ ਫੋਟੋਆਂ ਦੇਖਦੇ ਦੇਖਦੇ ਸਾਹਮਣੇ ਆਈ ਕਿ ਝੁੰਡਾ ਕਮੇਟੀ ਦੇ ਵਿੱਚ 13 ਮੈਂਬਰ ਸਨ ਔਰ ਬਰਾਸਪ 13 ਦੇ ਵਿੱਚੋਂ 6 ਮੈਂਬਰੀ ਸਮਝ ਲਓ ਉਹਨਾਂ ਚੋਂ ਵੀ علیحدਾ ਹੋ ਗਏ ਉਹਦਾ ਕਾਰਨ ਇਹ ਹੈ ਵੀ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਦੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਵੀ ਉਹਨੂੰ ਮੰਨ ਲੈਣਾ ਚਾਹੀਦਾ ਹੈ ਜੇ ਪ੍ਰਧਾਨ ਸਾਹਿਬ ਉਹ ਮੰਨਣ ਲਈ ਮਤਲਬ ਤਿਆਰ ਨਹੀਂ ਹੈ ਬਜੇਦੇ ਗਏ ਹੈ ਕਿ ਮੈਂ ਨਹੀਂ ਮੰਨਣੀ ਫਿਰ ਤਾਂ ਹੀ ਅੱਜ ਇਹ ਹਾਲ ਹੋਈ ਜਾਂਦਾ ਡਾਕਟਰ ਤੁਸੀਂ ਚਲੇ ਗਏ ਜਾਂ ਬਾਕੀ ਅਗੂ ਚਲੇ ਗਏ ਸਾਬਤ ਤੌਰ ਤੇ ਕਾਲੀ ਦਲ ਨੇ ਕਿਹਾ ਕਿ ਤੁਸੀਂ ਕੁਰਸੀਆਂ ਦੇ ਇਛਕ ਸੀ ਜਾਂ ਟਿਕਟਾਂ ਮੰਗਦੇ ਸੀ ਔਰ ਇੱਥੋਂ ਤੱਕ ਵੀ ਕਿਹਾ ਗਿਆ ਕਿ ਪਹਿਲਾਂ ਅਹੁਦੇ ਹਟਾਏ ਗਏ ਪਰ ਡਾਕਟਰ ਸੁਖੀ ਹੋਰਾਂ ਨੂੰ ਲੈ ਕੇ ਸ਼ਾਇਦ ਇਸ ਤਰ੍ਹਾਂ ਕਾਲੀ ਦਲ ਨੂੰ ਨਹੀਂ ਲੱਗਦਾ ਹੋਣਾ ਜਿਸ ਤਰ੍ਹਾਂ ਦੀ ਡਾਕਟਰ ਸੁਖੀ ਹੋਰਾਂ ਦੀ ਛਵੀ ਰਹੀ ਹੈ ਉਹ ਵੀ ਜਿਆਲਵੀ ਦਾ ਕਹਿ ਜਾਂਦੇ ਨੇ ਉਹ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਉਹਨਾਂ ਨੇ ਹਵਾਲਾ ਕੀਤਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਅਸਲ ਕਾਰਨ ਕੀ ਸਮਝਦੇ ਹੋ ਦੇਖੋ ਇੱਕ ਗੱਲ ਨਾ ਇਹ ਇਹ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਧੜੇ ਚ ਬੈਠੇ ਲੋਕ ਹੈ ਉਹ ਇੱਕ ਗਲਤ ਟਰੈਪ ਦੇ ਵਿੱਚ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਆ ਕੁਰਸੀਆਂ ਭਾਈ ਅਹੁਦੇਦਾਰੀਆਂ ਤਾਂ ਸਾਰੀਆਂ ਸੀਗੀਆਂ ਜਿਹੜੀਆਂ ਵੱਡੀਆਂ ਸੀਗੀਆਂ ਜਾਂ ਛੋਟੀਆਂ ਸੀਗੀਆਂ ਕਿਹਦੇ ਕੋਲੇ ਕਿਸੇ ਅਹੁਦੇਦਾਰੀ ਦੀ ਕਮੀ ਸੀ ਸਾਰਿਆਂ ਕੋਲੇ ਹਲਕੇ ਵੀ ਸੀਗਈ ਮਤਲਬ ਇਹ ਗੱਲ ਸਟੈਪ ਚੁੱਕਣਾ ਕਿਉਂ ਪਿਆ ਕਿਉਂਕਿ ਚੁੱਕਣਾ ਤਾਂ ਪਿਆ ਕਿ ਜਿਵੇਂ ਮੈਂ ਕਹਿਣਾ ਨਾ ਵੀ ਬੰਦਿਆਂ ਦੀ ਪਾਈ ਹੋਵੇ ਤੇ ਬੰਦੇ ਕੱਢ ਲੈਂਦੇ ਆ ਅੱਜ ਸਾਡੇ ਤੇ ਰੱਬ ਨੇ ਪਾਈ ਹੈ ਕਿਉਂਕਿ ਅਸੀਂ ਰੱਬ ਨਾਲ ਠੱਗੀਆਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਤੇ ਉਹ ਪਾਰਟੀ ਦੇ ਮੁਖੀ ਕਰਕੇ ਤੇ ਸਰਕਾਰ ਦੇ ਮੁਖੀ ਕਰਕੇ ਆ ਇਹ ਨਹੀਂ ਮੰਨ ਰਹੇ ਕਿ ਮੈਥੋਂ ਇਹ ਗਲਤੀਆਂ ਹੋ ਗਈਆਂ ਯਾਰ ਪੰਥ ਤੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਮੈਨੂੰ ਮਾਫ਼ ਕਰੇ ਹਨਾ ਇਹ ਇਹ ਕਿਤੇ ਨਹੀਂ ਆ ਰਹੀ ਏ ਗੱਲ ਇਸ ਕਰਕੇ ਮੈਂ ਸਮਝਦਾ ਜਦੋਂ ਰੱਬ ਦੀ ਪਾਈ ਜਿਹੜੀ ਹੁੰਦੀ ਹੈ ਉਹ ਫਿਰ ਰੱਬ ਸਿੱਧਾ ਹੋਊਗਾ ਤੇ ਤਾਂ ਹੀ ਨਿਕਲਣੀ ਹੈ ਨਹੀਂ ਤੇ ਉਨੀ ਦੇਰ ਇਹੀ ਹਾਲ ਜਿਹੜਾ ਹੈਗਾ ਸਾਡਾ ਉਹਨਾ ਤੈ ਹੈ ਤਾਂ ਕਹਿੰਦੇ ਨੇ ਇਹ ਮਾਰ ਰੱਬ ਦੀ ਮਾਰ ਹੈ ਜਿਸ ਤਰ੍ਹਾਂ ਦੇ ਅਕਾਲੀ ਦਲ ਦੇ ਅੰਦਰ ਹਾਲਾਤ ਬਣੇ ਹੋਏ ਨੇ ਚਰਨਜੀਤ ਸਿੰਘ ਬਰਾੜ ਹੋਰਾਂ ਤੋਂ ਜਿਹੜੀ ਦੂਜੀ ਕਹਿ ਸਕਦੇ ਆ ਕਿ ਹਾਲਾਂਕਿ ਪਹਿਲਾਂ ਵੀ ਬਗਾਵਤ ਹੋਈ ਪਰ ਜਿਹੜੀ ਦੂਜੀ ਬਗਾਵਤ ਦੀ ਸ਼ੁਰੂਆਤ ਚਰਨਜੀਤ ਸਿੰਘ ਬਰਾੜ ਤੋਂ ਹੋਈ ਤਾਂ ਉਸੇ ਬਗਾਵਤ ਦਾ ਇੱਕ ਹਿੱਸਾ ਸਮਝ ਲਈਏ ਜਾਂ ਫਿਰ ਪਾਰਟੀ ਨੂੰ ਇੱਕ ਝਟਕਾ ਸਮਝ ਲਈਏ ਆਖਿਰ ਅਸਲ ਕਾਰਨ ਕੀ ਨੇ ਇਹ ਤਾਂ ਸਿਆਸਤ ਹੀ ਦੱਸੇਗੀ ਪਰ ਫਿਲਹਾਲ ਅਕਾਲੀ ਦਲ ਦੇ ਅੰਦਰ ਸਭ ਠੀਕ ਨਹੀਂ ਚੱਲ ਰਿਹਾ ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ